ਜਦ ਬਾਹਰ ਜਾਣ ਨੂੰ ਇੱਕ ਤਰੀਕੇ ਨਾਲ ਆਪਾਂ ਦੇਖੇ ਤਾਂ ਆਪਾਂ ਭੱਜਦੇ ਆ ਕਿ ਵੀ ਆਪ ਇੱਥੇ ਦੀ ਮੰਨ ਮੰਨਿਆ ਵੀ ਆਪਣੀ ਇੱਥੇ ਸਿਚੁਏਸ਼ਨ ਇਦਾਂ ਦੀ ਹੋ ਚੁੱਕੀ ਆ ਕਿ ਨਸ਼ਿਆਂ ਵਗੈਰਾ ਚ ਨੌਜਵਾਨ ਲੱਗ ਰਿਹਾ ਪਰ ਇਹ ਤਾਂ ਜੇ ਆਪਾਂ ਇਸ ਡਰ ਦੇ ਮਾਰੇ ਬਾਹਰ ਭੇਜ ਦਿੰਨੇ ਆ ਜੇ ਮੰਨ ਲਓ ਸੜਕ ਤੇ ਇੱਕ ਐਕਸੀਡੈਂਟ ਹੋਇਆ ਤਾਂ ਫਿਰ ਆਪਾਂ ਸੜਕ ਤੇ ਕੁੱਚਲਾਉਣਾ ਬੰਦ ਕਰ ਦਿੰਨੇ ਕੁ ਨਸ਼ੇ ਨਾਲ ਮਰ ਜਾਂਦਾ ਤੇ ਆਵਰ ਕਹਿੰਨੇ ਆ ਵੀ ਇਧਰ ਸਮਾ ਮਾੜਾ ਨੌਜਵਾਨ ਨਸ਼ਿਆਂ ਚ ਲੱਗ ਰਿਹਾ ਤੇ ਫਿਰ ਗਲਤੀ ਆਪਣੀ ਕਿ ਨਸ਼ਾ ਚ ਤਾਂ ਆਪਾਂ ਲੱਗ ਰਹੇ ਨਾ ਆਪਾਂ ਵੀ ਸੁਧਾਰ ਸਾਰੇ ਚਾਹਨੇ ਆ ਪਰ ਸੁਧਰਨਾ ਕੋਈ ਨਹੀਂ ਚਾਹੁੰਦਾ ਤੇ ਨਾ ਹੀ ਸੁਧਾਰ ਦਾ ਹਿੱਸਾ ਕੋਈ ਬਣਨਾ ਚਾਹੁੰਦਾ ਪਹਿਲਾ ਪਾਕਿਸਤਾਨ ਸੋਚਦਾ ਹੋਊਗਾ ਵੀ ਇਹੋ ਜਿਹੇ ਲੋਕਾਂ ਲਈ ਮੈਂ ਮਰ ਗਿਆ ਹੁਣ ਉਹਨੂੰ ਸ਼ਾਇਦ ਥੋੜਾ ਬੋਤਾਂ ਮਾਣ ਹੁੰਦਾ ਹੋਊਗਾ ਵੀ ਮੈਂ ਇਹੋ ਜਿਹੇ ਲੋਕਾਂ ਲਈ ਮਰ ਕੇ ਆਏ ਜਿਹੜੇ ਹੁਣ ਆਪਦੇ ਹੱਕ ਮੰਗਣ ਲਈ ਇੱਥੇ ਆਏ ਪੋਟਾ ਮੰਗਣਾਉਂਦੇ ਆ ਕਿ ਅਸੀਂ ਬੇਰੋਜ਼ਗਾਰੀ ਖਤਮ ਕਰ ਦਾਂਗੇ ਉਹ ਜੋ ਸਾਰੇ ਤਾੜੀਆਂ ਮਾਰਦੇ ਆਂ ਚੀਕਾਂ ਮਾਰਦੇ ਆਂ ਵੀ ਹਾਂ ਇਹ ਸਰਕਾਰਾਂ ਕਰੋ ਉਹਦਾ ਆਪਾਂ ਸਵਾਲ ਕਿਉਂ ਨਹੀਂ ਪੁੱਛਦੇ ਵੀ ਤੁਸੀਂ ਤਾਂ ਪਹਿਲਾਂ ਵੀ ਆਏ ਸੀ ਪੰਜ ਸਾਲ ਤੁਸੀਂ ਰਾਜ ਕਰਕੇ ਸਾਡੇ ਤਾਂ ਜਵਾਕਾਂ ਨੂੰ ਨੌਕਰੀ ਨਹੀਂ ਮਿਲੀ ਪੱਗਾ ਪਹੁੰਚਾਏ ਜਾਂਦੇ ਆਪਾਂ ਨੂੰ ਉਹਦੀ ਗੱਲ ਕਰਨੀ ਚਾਹੀਦੀ ਹੈ ਨਾ ਦੂਜਾ ਸੰਘਰਸ਼ ਕਰੋ ਲੜੋ ਜਿੰਨਾ ਹੋ ਸਕੇਦਾ ਕਿਉਂਕਿ ਆਪਾਂ ਉਸ ਕੰਮ 'ਚ ਆਉਣੇ ਜਿਹੜੇ ਘਰੇ ਮਰ ਕੇ ਰਾਜ਼ੀ ਨਹੀਂ ਭਾਵੇਂ ਸੜਕ 'ਤੇ ਮਰ ਜੀ ਗੱਲ ਇਹ ਹੈ ਕਿ ਇਸ ਅੰਦੋਲਨ ਤੋਂ ਬਾਅਦ ਕਿਹੜੀ ਨਵੀਂ ਕ੍ਰਾਂਤੀ ਆਉਗੀ ਜਾਂ ਜਿਹੜਾ ਬੂਟਾ ਅੱਜ ਲਾਇਆ ਗਿਆ ਤੇ ਕੱਲ ਨੂੰ ਜਦੋਂ ਜਾ ਕੇ ਉਹ ਫਲ ਦੇਗਾ ਤਾਂ ਉਹ ਫਲ ਦੇ ਵਿੱਚੋਂ ਕਿੰਨੀ ਕੁ ਪਰੀ ਮਿਠਾਸ ਹੈ ਉਹ ਕ੍ਰਾਂਤੀ ਕੀ ਹੈ ਉਹ ਬਦਲਾ ਕੀ ਹੈ ਸੋ ਇਹ ਬਦਲਾਅ ਦਿਖਣਾ ਸ਼ੁਰੂ ਹੋ ਗਿਆ ਹੈ ਮੇਰੇ ਨਾਲ ਇੱਕ 14-15 ਸਾਲ ਦੀ ਬੱਚੀ ਹੈ ਜ਼ਿਲ੍ਹਾ ਫਰੀਦਕੋਟ ਤੋਂ ਇਹ ਬੱਚੀ ਉਸ ਬਦਲਾਅ ਦਾ ਸ਼ੁਰੂਆਤ ਹੈ ਜਿੱਕਰ ਮੈਂ ਉਹ ਬਦਲਾਅ ਦੀ ਗੱਲ ਕਰਾਂ ਜੋ ਭਵਿੱਖ ਦੇ ਵਿੱਚ ਦੇਖਣ ਨੂੰ ਮਿਲੇਗਾ ਉਹ ਸ਼ੁਰੂਆਤ ਹੈ ਕਿਉਂਕਿ ਅੱਜ ਦਾ ਸਮਾਂ ਆ ਜੋ ਵਿਦੇਸ਼ਾਂ ਨੂੰ ਭੱਜਣ ਦਾ ਆ ਤੇ ਬੱਚੀ ਕਹਿੰਦੀ ਹੈ ਕਿ ਵਿਦੇਸ਼ਾਂ ਨੂੰ ਭੱਜਣ ਦਾ ਸਮਾਂ ਹੁਣ ਖਤਮ ਹੋ ਗਿਆ ਤੇ ਇੱਥੇ ਰਹਿ ਕੇ ਇਥੋਂ ਦੀ ਲੜਾਈ ਲੜਾਂਗੇ ਆਪਣੇ ਹੱਥ ਨਾਲ ਆਪਣੇ ਘਰ ਦੀ ਸਫਾਈ ਆਪ ਕਰਾਂਗੇ ਸਿਮਰਨ ਜੋਤ ਮੇਰੇ ਨਾਲ ਹੈ ਤੇ ਸਿਮਰਨ ਕਿਹੜੀ ਕਲਾਸ ਚ ਪੜਨਾ ਪੁੱਤ ਪਲਸ 1 ਜੀ ਪਲਸ 11ਵੀਂ ਚਾ ਕੀ ਆਰਟਸ ਮੈਡੀਕਲ ਨਾਨ ਮੈਡੀਕਲ ਜੀ ਆਰਟਸ ਮੈਥ ਨਾਲੀ ਆਰਟਸ ਮੈਥ ਨਾਲ ਹਾਂਜੀ ਅੱਗੇ ਦਾ ਟੀਚਰ ਕੀ ਹੈ ਲੋ ਕਰ ਨਹੀਂ ਤੇ ਜਾਜਿਆਂ ਵਕੀਲ ਬਾਨਾ ਜਾਜਿਆਂ ਵਕੀਲ ਬਾਨਾ ਹੌਸਲੇ ਹੁਣੇ ਬਲੰਦ ਨੇ ਅੱਛਾ ਗੱਲ ਆਪਣੀ ਹੁੰਦੀ ਪਈ ਸੀ ਤੁਸੀਂ ਕਿਹਾ ਸੀ ਵੀ ਉਹ ਜਿਹੜਾ ਸਮਾਂ ਸੀ ਨਾ ਉਹ ਖਤਮ ਹੋ ਗਿਆ ਬਾਹਰ ਜਾਣ ਦਾ ਇੱਥੇ ਰਹਿ ਕੇ ਆਪਾਂ ਕੰਮ ਕਰਨਾ ਉਹ ਫਿਰ ਕੀ ਆ ਹੁਣ ਸੋਚ ਕੀ ਆ ਜੇ ਆਪਾਂ ਬਾਹਰ ਜਾਣ ਨੂੰ ਇੱਕ ਤਰੀਕੇ ਨਾਲ ਆਪਾਂ ਦੇਖੇ ਤਾਂ ਆਪਾਂ ਭੱਜਦੇ ਆ ਕਿ ਵੀ ਆਪ ਇੱਥੇ ਦੀ ਮੰਨ ਮੰਨਿਆ ਵੀ ਆਪਣੀ ਇੱਥੇ ਸਿਚੁਏਸ਼ਨ ਇਦਾਂ ਦੀ ਹੋ ਚੁੱਕੀ ਆ ਕਿ ਨਸ਼ਿਆਂ ਵਗੈਰਾ ਚ ਨੌਜਵਾਨ ਲੱਗ ਰਿਹਾ ਪਰ ਇਹ ਤਾਂ ਜੇ ਆਪਾਂ ਇਸ ਡਰ ਦੇ ਮਾਰੇ ਬਾਹਰ ਭੇਜ ਦਿੰਨੇ ਆ ਜੇ ਮੰਨ ਲਓ ਸੜਕ ਤੇ ਇੱਕ ਐਕਸੀਡੈਂਟ ਹੋ ਜਾਂਦਾ ਫਿਰ ਆਪਾਂ ਸੜਕ ਤੇ ਕੁਝ ਚਲਾਉਣਾ ਬੰਦ ਇਹੋ ਚੁਣਾ ਵਾਂ ਤੋਂ ਉਵੇਂ ਚੱਲਦੇ ਆ ਨਾ ਉਵੇਂ ਜੇ ਮੰਨ ਲੋ ਕਿਸਾ ਮਤਲਬ ਕੋਈ ਨਸ਼ੇ ਨਾਲ ਮਰ ਜਾਂਦਾ ਤੇ ਉਹ ਕਹਿੰਦੇ ਆ ਵੀ ਇਧਰ ਸਮਾ ਮਾੜਾ ਨੌਜਵਾਨ ਨਸ਼ਿਆਂ ਚ ਲੱਗ ਰਹੇ ਤੇ ਫਿਰ ਗਲਤੀ ਆਪਣੀ ਕਿਉਂਕਿ ਨਸ਼ਾ ਚ ਤਾਂ ਆਪਾਂ ਲੱਗ ਰਹੇ ਨਾ ਹੁਣ ਆਏ ਤਾਂ ਨਹੀਂ ਬਾਹਰੋਂ ਤਾਂ ਕੋਈ ਆ ਕੇ ਲਾਉਂਦਾ ਨਹੀਂ ਵੀ ਨਸ਼ਾ ਚ ਲੱਗਣਗੇ ਫਿਰ ਬਾਕੀ ਲੋਕ ਘਬਰਾ ਕੇ ਸਾਡੇ ਵਾਲੇ ਉਧਰ ਭੇਜਣਗੇ ਉਹਦਾ ਕਹਿੰਦੇ ਵੀ ਸਾਡੀ ਤਾਂ ਦੀ ਜਾਨਾਂ ਜਾਂ ਅੱਖਾਂ ਵਧੀ ਪਈ ਆ ਉਹ ਫਿਰ ਗੱਲ ਇਹੀ ਆ ਨਾ ਕਿ ਆਪਾਂ ਵੀ ਸੁਧਾਰ ਸਾਰੇ ਚਾਹੁੰਦੇ ਆ ਪਰ ਸੁਧਰਨਾ ਕੋਈ ਨਹੀਂ ਚਾਹੁੰਦਾ ਤੇ ਨਾ ਹੀ ਸੁਧਾਰ ਦਾ ਹਿੱਸਾ ਕੋਈ ਬਣਨਾ ਚਾਹੁੰਦਾ ਕੱਲ ਉਹ ਆ ਕੇ ਭਗਤ ਸਿੰਘ ਆਵੇ ਸਾਡੇ ਘਰ ਨਾ ਆਵੇ ਗਵਾਂਡੀਆਂ ਆ ਜਣਾ ਹਾਂਜੀ ਗੱਲ ਇਹ ਆ ਕਿ ਪੱਗ ਸਿੰਘ ਜੰਮੇ ਜਰੂਰ ਪਰ ਸਾਡੇ ਘਰੇ ਨਹੀਂ ਕਿਸੇ ਹੋਰ ਦੇ ਘਰੇ ਪਹਿਲਾਂ ਮਤਲਬ ਕੀ ਆਉਂਦਾ ਵੀ ਇੱਕ ਤਰੀਕੇ ਨਾਲ ਜਿਹੜੇ ਤਿੰਨ ਇਹ ਹੋਣਾ ਹੀ ਚਾਹੀਦਾ ਸੀ ਮਤਲਬ ਲੋਕਾਂ ਨੂੰ ਸੁਰਤ ਜੀ ਆ ਗਈ ਮਤਲਬ ਡੋਜ ਭਾਲਦੇ ਆ ਲੋਕ ਵੀ ਐ ਕਿਹ ਤਰੀਕੇ ਨਾਲ ਥੋੜੇ ਥੋੜੇ ਟਾਈਮ ਨਾਲ ਜਗਾਉਣਾ ਪੈਂਦਾ ਵੀ ਐ ਹੋ ਰਿਹਾ ਪਹਿਲਾਂ ਪੱਗ ਸਿੰਘ ਸੋਚਦਾ ਹੋਊਗਾ ਵੀ ਇਹੋ ਜੇ ਲੋਕਾਂ ਲਈ ਮੈਂ ਮਰ ਗਿਆ ਹੁਣ ਉਹਨੂੰ ਸ਼ਾਇਦ ਥੋੜਾ ਬਹੁਤ ਤਾਂ ਮਾਣ ਹੁੰਦਾ ਹੋਊਗਾ ਵੀ ਮੈਂ ਇਹੋ ਜੇ ਲੋਕਾਂ ਲਈ ਮਰ ਕੇ ਆਇਆ ਜਿਹੜੇ ਹੁਣ ਆਪਦੇ ਹੱਕ ਮੰਗਣ ਲਈ ਇੱਥੇ ਆਏ ਸਮਝ ਰਹੇ ਹੋ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਤੁਹਾਡੀ ਸੋਚ ਕੀ ਕਹਿੰਦੀ ਆ ਆਪਾਂ ਸਿਸਟਮ ਨੂੰ ਬਦਲਣਾ ਤੁਸੀਂ ਕਹਿ ਰਹੇ ਹੋ ਸਿਸਟਮ ਨੂੰ ਬਦਲਿਆ ਜਾਵੇ ਉਹਦੀ ਸ਼ੁਰੂਆਤ ਕੀ ਹੈ ਇਹ ਤੋਂ ਸਿਰਾਂ ਨਹੀਂ ਕੋ ਲੱਬਿਆ ਜਾ ਰਿਹਾ ਦੇਖੋ ਜਿਵੇਂ ਉਹ ਵੋਟਾਂ ਮੰਗਣ ਆਉਂਦੇ ਆ ਕਿ ਅਸੀਂ ਬੇਰੋਜ਼ਗਾਰੀ ਖਤਮ ਕਰ ਦਾਂਗੇ ਉਹਦੇ ਸਾਰੇ ਤਾੜੀਆਂ ਮਾਰਦੇ ਆ ਚੀਕਾਂ ਮਾਰਦੇ ਆ ਵੀ ਹਾਂ ਇਹ ਸਰਕਾਰਾਂ ਆ ਕਰੋ ਉਹਦਾ ਆਪਾਂ ਸਵਾਲ ਕਿਉਂ ਨਹੀਂ ਪੁੱਛਦੇ ਵੀ ਤੁਸੀਂ ਤਾਂ ਪਹਿਲਾਂ ਵੀ ਆਏ ਸੀ ਪੰਜ ਸਾਲ ਤੁਸੀਂ ਰਾਜ ਕਰਕੇ ਸਾਡੇ ਤਾਂ ਜਵਾਕਾਂ ਨੂੰ ਨੌਕਰੀ ਨਹੀਂ ਮਿਲੀ ਜਾਂ ਕਿਸੇ ਹੋਰ ਦੇ ਜਵਾਕਾਂ ਨੂੰ ਨੌਕਰੀ ਨਹੀਂ ਮਿਲੀ ਉਹ ਇੱਕ ਉਹ ਗੱਪ ਰੋੜਦੇ ਤੇ ਆਪਾਂ ਸੁਣਦੇ ਆ ਆਪਾਂ ਨੂੰ ਆਏ ਉਹ ਮਤਲਬ ਆਿੰਦਾ ਵੀ ਉਹ ਮਿਰਚੀ ਆਪਾਂ ਨੂੰ ਮਿੱਠੀ ਲੱਗਦੀ ਆ ਜਿਹੜੇ ਉਹ ਗੱਪ ਰੋੜ ਜਾਂਦੇ ਆ ਦੂਜੀ ਗੱਲ ਆਪਾਂ ਨੂੰ ਪਤਾ ਉਹਨਾਂ ਨੇ ਕੋਸ਼ਿਸ਼ ਨਹੀਂ ਕਰਨਾ ਵੋਟ ਪਾਉਣ ਤਾਂ ਆਪਾਂ ਫੇਰ ਵੀ ਜਾਣਦੇ ਆ ਜਿਹੜੀਆਂ ਈਵੀਐਮ ਮਸ਼ੀਨਾਂ ਉਹਦੇ ਚ ਜੇ ਆਪਾਂ ਮੈਂ ਨੋਟਾ ਦੇ ਮਤਲਬ ਕਿ ਵੋਟ ਪਾ ਦਈਏ ਵੀ ਸਾਡੇ ਚ ਉੱਪਰ ਦਿੱਤਾ ਹੋਇਆ ਉਮੀਦਵਾਰ ਕੋਈ ਨਹੀਂ ਪਸੰਦ। ਪੋਤੇ ਵੋਟਾਂ ਪਾ ਦਈਏ ਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਪੱਕਾ ਪਲਾ ਕਰਕੇ ਹੀ ਵੋਟਾਂ ਇੱਧਰ-ਉੱਧਰ ਹੋ ਜਾਂਦੀਆਂ। ਇੱਧਰ-ਉੱਧਰ ਹੋ ਜਾਂਦੀਆਂ। ਫਿਰ ਵੀ ਆਪਾਂ ਵੋਟ ਪਾਉਣ ਜਾਂਦੇ ਨਾ ਆਪਾਂ ਉਦੋਂ ਕਿਉਂ ਨਹੀਂ ਸਵਾਲ ਚੱਕਦੇ ਬਾਅਦ ਚ ਤਾਂ ਕੋ ਚੱਲ ਕੋਈ ਜਿੱਤ ਗਿਆ ਨਾ ਸਾਲ ਹੋ ਗਏ ਉਹਨੇ ਕੁਛ ਕੀਤਾ ਨਹੀਂ ਉਦੋਂ ਆਪਾਂ ਚੀਕਾਂ ਮਾਰਦੇ ਆਂ ਤੇ ਪਰ ਸ਼ੁਰੂਆਤ ਆਪਾਂ ਨੂੰ ਉੱਥੋਂ ਹੀ ਕਰਨੀ ਚਾਹੀਦੀ ਹੈ ਨਾ ਜਦੋਂ ਆਪਣੇ ਕੋਲੇ ਉਦੋਂ ਬਾਅਦ ਤਾਂ ਆਪਣੇ ਕੋਲੇ ਆਉਂਦੇ ਹੀ ਨਹੀਂ। ਉਹਦਾ ਬੋਲਣਾ ਚਾਹੀਦਾ ਨ ਵੀ ਤੁਸੀਂ ਪਹਿਲਾ 5 ਸਾਲ ਤੁਸੀਂ ਆਏ ਸੀ ਔਰ ਤੁਸੀਂ ਕੁਝ ਕੀਤਾ ਨਹੀਂ ਤੇ ਹੁਣ ਕਿਉਂ ਵਾਅਦੇ ਕਰ ਰਹੇ ਸਰਕਾਰਾਂ ਬਦਲ ਕੇ ਸ਼ੁਰੂਆਤ ਕੀਤੀ ਜਾ ਸਕਦੀ ਹੈ ਹਾਂਜੀ ਪਰ ਇਹ ਕੀ ਵਿਸ਼ਵਾਸ ਹੈ ਕਿ ਜਿਹੜੀ ਆਊਗੀ ਉਹ ਚੰਗੀ ਹੋਊਗੀ ਵਿਸ਼ਵਾਸ મતલਬ ਕਿ ਵਿਸ਼ਵਾਸ ਤਾਂ ਕਿਸੇ ਨੂੰ ਨਹੀਂ ਪਤਾ ਬੰਦਾ ਅਗਲੇ ਸਕੈਂਟ ਹੋਵੇਗਾ ਨਾ ਫਿਰ ਉਮੀਦ ਤਾਂ ਰੱਖਣੀ ਪੈਂਦੀ ਹੈ ਨਾ ਵੀ ਹੁਣ ਜੇ ਆਪਾਂ ਇੱਕੇ ਧਾਮ ਕਹਿ ਦਾਂਗੇ ਵੀ ਅਗਲੀ ਸਰਕਾਰ ਆ ਕੇ ਬਹੁਤ ਕੁਝ ਕਰ ਜੂ ਨਹੀਂ ਉਹ ਉਹਦਾ ਆਪਣੇ ਤੇ ਵੀ ਆ ਤੇ ਉਹਨਾਂ ਤੇ ਵੀ ਆ ਆਪਾਂ ਉਹਨਾਂ ਦੇ ਗੱਪ ਸੁਣਦੇ ਆ ਤੇ ਆਪਾਂ ਪਛਾ ਜਾਣੇ ਆਪਾਂ ਨੂੰ ਉਸ ਟਾਈਮ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਆ ਉਹਨਾਂ ਨੂੰ ਇਹਨੇ ਜੋਗਾ ਮਤਲਬ ਕਿ ਬੋਲਣਾ ਚਾਹੀਦਾ ਕਿ ਸਾਹਮਣੇ ਉਸ ਜਵਾਬ ਦੇਣ ਆਏ ਨਾ ਵੀ ਬੋਲਣ ਜੋਗਾ ਨਾ ਛੱਡ ਕੇ ਤਾਂ ਕਿ ਦੂਰੀ ਅਰੀ ਵੋਟਾਂ ਮੰਗਣ ਨਾਉਣ ਨੂੰ ਪਤਾ ਲੱਗ ਜਾਵੇ ਵੀ ਹੋਰ ਅਸੀਂ ਇੱਥੇ ਨਹੀਂ ਚੱਲ ਸਕਦੇ ਹੋਰ ਲੋਕ ਸਾਡੇ ਗੱਪ ਨਹੀਂ ਸੁਣਨ ਵਾਲੇ ਅੱਛਾ ਮੈਨੂੰ ਪਤਾ ਲੱਗਾ ਤੁਹਾਡਾ ਪੇਪਰ ਸੀ ਅੱਜ ਹਾਂਜੀ ਪੇਪਰ ਕੌਣ ਦਿੱਤਾ ਫਿਰ ਮੈਂ ਦਿੱਲੀ ਆਉਣਾ ਸੀ ਦਿੱਲੀ ਕਦਨ ਆਇਓ ਪਰਸੋਂ ਹੀ ਅੱਛਾ ਪੇਪਰ ਛੱਡ ਕੇ ਦਿੱਲੀ ਆ ਹਾਂਜੀ ਨੁਕਸਾਨ ਨਾ ਹੋਊਗਾ ਹੋ ਜਾਣਦਿਆਂ ਲਈ ਕੋਈ ਨਹੀਂ ਦੇਖੀ ਜਾਊਗੀ ਫਿਰ ਕੀ ਜਾਉਗੀ ਪਰ ਸਿਸਟਮ ਬਦਲਣਾ ਆ ਤਾਂ ਸਿਸਟਮ ਦਾ ਹਿੱਸਾ ਬਣ ਕੇ ਸਿਸਟਮ ਬਦਲੇ ਜਾਂਦਾ ਨਾ ਪੋਲੀਟੀਕਲ ਸਾਇੰਸ ਦਾ ਮੇਰਾ ਪੇਪਰ ਸੀ ਮੈਨੂੰ ਪਤਾ ਮੈਨੂੰ ਕਿੰਨਾ ਆਉਂਦਾ ਉਹ ਦੋ ਪੰਨੇ ਥੋੜੀ ਨਾ ਡਿਸਾਈਡ ਕਰਨ ਕਿ ਵੀ ਮੈਂ ਪੜਿਆ ਸਾਰੇ ਸਾਲ ਕਿ ਨਹੀਂ ਕੀ ਹੋ ਗਿਆ ਉਹ ਤਾਂ ਨੰਬਰਾਂ ਦੇ ਹੋ ਗਿਆ ਨਾ ਫਿਰ ਨੰਬਰ ਥੋੜੀ ਨਾ ਦੇਖਣੇ ਜਦੋਂ ਵੇਖੋ ਹੁਣ ਆਪਾਂ ਇਹਦੇ ਤੇ ਵੀ ਗੱਲ ਕਰ ਲਈ ਵੀ ਐਜੂਕੇਸ਼ਨ ਸਿਸਟਮ ਕਹਿੰਦੇ ਵੀ 33% ਵਾਲਾ ਬੱਚਾ ਪਾਸ ਹੋਊਗਾ ਫਿਰ ਜੌਬ ਦੇਣ ਵੇਲੇ 99 98 ਕਿਉਂ ਵੇਖਦੇ ਆ ਉਦੋਂ ਉਦੋਂ ਕਿਉਂ ਨਹੀਂ ਕਹਿੰਦੇ ਵੀ 33% ਵਾਲੇ ਨੂੰ ਜੋਬ ਮਿਲੂਗੀ ਬਿਲਕੁਲ ਯਾਨੀ ਕਿ 95% ਵਾਲਾ 90% ਵਾਲਾ ਹੀ ਪਾਸ ਰੱਖੋ ਹਾਂਜੀ ਫਿਰ ਆਏ ਫਿਰ ਆਏ ਕਹਿੰਦੇ ਲੋੜ ਨਹੀਂ ਨਾ ਵੀ 33% ਵਾਲਾ ਪਾਸ ਆ ਵੀ ਜਦੋਂ ਜੋਬ ਤਾਂ ਜੋ ਦੇਣੀ ਆ ਫਿਰ 99 99% ਹੀ ਦੇਖਣੇ ਸਰਕਾਰੀ ਜੋਬ ਵਾਸਤੇ ਟੈਸਟ ਹੋ ਗਿਆ ਨਾ ਮੈਰੀਟ ਟੈਸਟ ਹੁੰਦੀ ਹੈ ਹਾਂਜੀ ਹਾਂਜੀ ਉਹ ਹੁਣ ਇੱਕ ਜਿਵੇਂ ਪਹਿਲਾਂ ਵੀ ਜੀ ਕਿਸੇ ਨੇ ਬੀਐਡ ਕਰ ਲਈ ਤਾਂ ਮਨ ਲਵੀ ਮਨ ਲਪ ਕੀ ਉਹ ਮਤਲਬ ਕਿ ਟੀਚਰ ਲਈ ਪੂਰੀ ਮਤਲਬ ਅਵੇਲੇਬਿਲਟੀ ਹੈਗੀ ਆ ਉਸ ਤੋਂ ਬਾਅਦ ਹੁਣ ਲਟਰਮ ਪਟਰਮ ਹੋਰ ਕਈ ਪੇਪਰ ਕਰਤੇ ਵੀ ਉਹ ਕਰ ਮੈਰਿਟ ਆਊਗੀ ਤਾਂ ਅਗਲਾ ਫਿਰ ਜੋਬ ਮਿਲੂਗਾ ਇੱਕ ਤਰੀਕੇ ਨਾਲ ਲੋਕਾਂ ਨੂੰ ਜੋਬ ਤੋਂ ਦੂਰ ਲਿਜਾ ਰਹੇ ਆ ਕੀ ਤਾਂ ਕਿ ਵੀ ਜਵਾਕੇ ਇਸੇ ਚ ਰੁੱਝੇ ਰਹਿਣ ਮਤਲਬ ਕਿ ਹੁਣ ਪੜ੍ਹਾਈ ਲੰਬੀ ਲੰਬੇ ਹੋਈ ਜਾਂਦੀ ਹੈ 28 29 ਸਾਲ ਤੱਕ ਬੰਦਾ ਐਵੇਂ ਹੀ ਗਾਲ ਦਿੰਦਾ ਇੱਕ ਤਰੀਕੇ ਨਾਲ ਤੇ ਬਾਅਦ ਚ ਮਿਲ ਆਏ ਹੋ ਜਾਂਦਾ ਵੀ ਚਲ ਘਰ ਪਰਿਵਾਰ ਦੇਖ ਲਗੇ ਹੁਣ ਜੇ ਕਿਸੇ ਕੋਲ ਜ਼ਮੀਨ ਆ ਤਾਂ ਚੱਲ ਜਿੰਨੀ ਹੈਗੀ ਇਹ ਕਰ ਲਗੇ ਆ ਜਾਂਦਾ ਉਹ ਇੱਕ ਤਰੀਕੇ ਨਾਲ ਆਪਾਂ ਨੂੰ ਜੋਬਾਂ ਤੋਂ ਲੈ ਕੇ ਜਾ ਰਿਹਾ ਦੂਰ ਵੀ ਇਹ ਮੰਗ ਹੀ ਨਾ ਕਰਨ ਵੀ ਅਸੀਂ ਜੋਬ ਲੈਣੀ ਹੈ ਇਦਾਂ ਦੀ ਤੇ ਫਿਰ ਕੀ ਹੱਲ ਕੀ ਆ ਨੌਕਰੀਆਂ ਹੱਲ ਨੇ ਨੌਕਰੀਆਂ ਲੈਣੀਆਂ ਹੱਲ ਨੇ ਜਾਂ ਰੋਜ਼ਗਾਰ ਦੇ ਮੌਕੇ ਬਣਾ ਹੱਲ ਆ ਅਲੀ ਗੱਲ ਤਾਂ ਆਪਾਂ ਨੂੰ ਖੋਦੀ ਬਦਲਣਾ ਚਾਹੀਦਾ ਜੀ ਜਿਵੇਂ ਮੈਂ ਪਹਿਲਾਂ ਵੀ ਆਖਿਆ ਵੀ ਉਹ ਆਪਾਂ ਗੱਪ ਪਹਚਾਏ ਜਾਂਦੇ ਆਪਾਂ ਨੂੰ ਉਹਦੀ ਗੱਲ ਕਰਨੀ ਚਾਹੀਦੀ ਹੈ ਨਾ ਦੂਜਾ ਸੰਘਰਸ਼ ਕਰੋ ਲੜੋ ਜਿੰਨਾ ਹੋ ਸਕਦਾ ਕਿਉਂਕਿ ਆਪਾਂ ਉਸ ਕੌਮ ਚ ਆਉਣੇ ਜਿਹੜੇ ਘਰੇ ਮਰ ਕੇ ਰਾਜ਼ੀ ਨਹੀਂ ਭਾਵੇਂ ਸੜਕ ਤੇ ਮਰ ਜਗੇ ਸੰਘਰਸ਼ ਕਰਦੇ ਹੋਏ ਭਾਵੇਂ ਮਰ ਜਗੇ ਪਰ ਕਿਉਂਕਿ ਬਾਅਦ ਚ ਜ਼ਮੀਰ ਬਹੁਤ ਮਤਲਬ ਕਿ ਆਉਂਦਾ ਵੀ ਹੋਰ ਕੋਈ ਕੁਝ ਨਾ ਕਵੇ ਅੰਦਰੋਂ ਮਤਲਬ ਜ਼ਮੀਰ ਬਹੁਤ ਕਹਿੰਦਾ ਵੀ ਸ਼ਰਮ ਕਰ ਲਓ ਮਾੜੀ ਮੋਟੀ ਘਰੇ ਵੀ ਤਾਂ ਮਰਨਾ ਹੀ ਹੈ ਉੱਥੇ ਜਾ ਕੇ ਮਰੋ ਕੁਝ ਬਾਣੀ ਜਾਊਗਾ ਦਿੱਲੀ ਆਏ ਹੋ ਮੈਨੂੰ ਲੱਗਦਾ ਤੁਹਾਡਾ ਜ਼ਮੀਰ ਵੀ ਆਹੀ ਹਾਂਜੀ ਮੈਂ ਪਹਿਲਾਂ ਆਉਣਾ ਸੀਗਾ ਉਦੋਂ ਮਤਲਬ ਆ ਨਹੀਂ ਪਾਇਆ ਹੁਣ ਨੀਂਦ ਜੀ ਨਹੀਂ ਆਉਂਦੀ ਸੀਗੀ ਐ ਇੱਕ ਡੈਡੀ ਕਰਕੇ ਜੀਜਾ ਨਹੀਂ ਲੱਗਦਾ ਸੀ ਫਿਰ ਇੱਕ ਮੈਨੂੰ ਆਏ ਹੋਗੇ ਵੀ ਮੈਂ ਲੜਤਾ ਉਹ ਆਪਣੇ ਲਈ ਰਹਿ ਜਾਣਾ ਉਹਨਾਂ ਨੂੰ ਤਾਂ ਆਏ ਆ ਵੀ ਅਸੀਂ ਤਾਂ ਉਮਰ ਕੱਢ ਲਈ ਸਾਡੇ ਜਵਾਕ ਉਹ ਭੁੱਖੇ ਮਰਨਗੇ ਫਿਰ ਮੈਂ ਡੈਡੀ ਨੂੰ ਮਤਲਬ ਆਖਿਆ ਵੀ ਮੈਂ ਆਉਣਾ ਡੈਡੀ ਕਹਿੰਦਾ ਪੇਪਰ ਮੈਂਗਾ ਕੋਈ ਨਹੀਂ ਦੇਖੀ ਹੋ ਗਿਆ ਡੈਡੀ ਕਹਿੰਦਾ ਚਲ ਆ ਜਾਓ ਸਕੂਲੋਂ ਵੀ ਅੱਜ ਫੋਨ ਆਇਆ ਕਹਿੰਦੇ ਅੱਜ ਪੇਪਰ ਨਹੀਂ ਦਿੱਤਾ ਡੈਡੀ ਕਹਿੰਦਾ ਉਹ ਵੀ ਬੱਚਾ ਦਿੱਲੀ ਹੈ ਉਹ ਕਹਿੰਦੇ ਅਸੀਂ ਫੇਰ ਲੈ ਲਾਂਗੇ ਅੱਗੇ ਉਹ ਕਿਤੇ ਫੇਰ ਪੇਪਰ ਨਹੀਂ ਲੈਣਦੇ ਉਹ ਕਹਿੰਦੇ ਫੇਰ ਲੈ ਲਾਂਗੇ ਹਾਂ ਅੱਗੇ ਕਹਿ ਦਿੰਦੇ ਹੁੰਦੇ ਛੱਡਣਾ ਛੱਡ ਦੋ ਬਾਅਦ ਚ ਪੇਪਰ ਨਹੀਂ ਲੈਣਾ ਹੁਣ ਉਹ ਕਹਿੰਦੇ ਅਸੀਂ ਦੂਰੀਆ ਰ ਹੀ ਲੈ ਲਾਂਗੇ ਕੀ ਬਾਤ ਹੈ ਵੀ ਚਲੋ ਕਿਤਨਾ ਕਿਤੇ ਇਕੱਠੇ ਜਰੂਰ ਹੋਏ ਆ ਅਸੀਂ ਅੱਛਾ ਅੱਜ ਦੇ ਅੰਦੋਲਨ ਦੇ ਵਿੱਚ ਜਿਹਾ ਇਸ ਅੰਦੋਲਨ ਦੌਰਾਨ 100 ਦਿਨ ਤੋਂ ਉੱਪਰ ਹੋ ਗਿਆ ਕੀ ਦੇਖਿਆ ਕੀ ਬਦਲਾਅ ਦੇਖਿਆ ਬਦਲਾਅ ਆਹ ਆਏ ਕਹਿਦਗੇ ਵੀ 100 ਦਿਨ ਮੰਨਿਆ ਆਪਾਂ ਬੈਠੇ ਹੋਏ ਪਰ ਆਏ ਵੀ ਥੋੜੇ ਜਿਹਾ ਟਾਈਮ ਚ ਤਾਣੀ ਨਾ ਬਦਲਾ ਆਉਂਦਾ ਇਹ ਤਾਂ ਲੰਬਾ ਸਮਾਂ ਸਮਾਂ ਚੱਲਣਾ ਪਊਗਾ ਕੋਈ ਨਹੀਂ ਬੈਠੇ ਆ ਜਿੰਨਾ ਚਿਰ ਸਾਹ ਹੈਗਾ ਜਿੰਨਾ ਚਿਰ ਸਾਹ ਹੈਗਾ ਬੈਠੇ ਆ ਲੇਕਿਨ ਬਦਲਾ ਦੀ ਜੋ ਕਿਰਨ ਹੈ ਨਾ ਉਹ ਇਨਾਂ ਬੱਚਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਆਉਣ ਵਾਲਾ ਸਮਾਂ ਹੈ ਜੋ ਚੰਗਾ ਹੋਵੇਗਾ ਜੇਕਰ ਇਸੇ ਤਰ੍ਹਾਂ ਡਟੇ ਰਹੇ ਜੇਕਰ ਇਸੇ ਤਰ੍ਹਾਂ ਜਾਗਰੂਕਤਾ ਆਉਂਦੀ ਰਹੀ ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦਿਨਾਰ ਰੋਜ਼ਾਨਾ ਸਪੋਕਸਮੈਨ ਟਿਕਰੀ ਬਾਟਰ ਦਿੱਲੀ